ਦੱਸੀ ਨਾ ਕਿਸੇ ਨੂੰ ਨਾ ਪੁੱਤਰ ਮੈਂ ਨਹੀਂ ਦੱਸਦੀ ਹਾਂ ਜੇ ਕਿਸੇ ਨੂੰ ਦੱਸਦਾ ਤਾਂ ਸਾਰੀ ਸਕੀਮਾਂ ਫੇਲ ਹੋ ਜਾਣਗੀਆਂ ਅਸੀਂ ਪਿੰਡ ਦਾ ਫਾਇਦਾ ਕਰਨਾ ਉਸ ਐਨਕ ਨਾਲ ਨਾ ਨਾ ਜਮਾਂ ਨਹੀਂ ਦੱਸਦੀ ਮੈਂ ਤਾਂ ਲੱਗਾ ਮੈਂ ਚੱਲਿਆ ਲੋਕਾਂ ਦੀ ਸਮਾਜ ਸੇਵਾ ਕਰਨ ਮੇਰੇ ਆਉਂਦੇ ਨੂੰ ਭੁੱਕੀ ਦੀ ਬਾਟੀ ਤਿਆਰ ਰੱਖੀ ਮੈਂ ਆ ਕੇ ਖਾਣਾ ਚੰਗਾ ਰੱਖੂਗੀ ਜਾ 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 ਪੱਜ 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 ਕੁਦਰੀ ਜੀ ਸਾਰਾ ਦਿਨ ਭਾਂਡੇ ਮਾਂਜੀ ਜਾਊ ਹੋਰ ਕੋਈ ਕੰਮ ਹੀ ਨਹੀਂ ਹੈਗਾ ਉਹ ਮੈਂ ਮਰ ਗਈ ਜੇ ਕਿਤੇ ਉਹ ਚਸ਼ਮਾ ਮੇਰੇ ਮੁੰਡੇ ਨੂੰ ਮਿਲ ਜੇ ਤਾਂ ਮੈਂ ਤਾਂ ਇਹਦਾ ਘਰ ਮਿੰਟ 'ਚ ਵਸਾ ਦਾਂ ਮੇਰੀ ਬਹੂ ਰਸ ਲਿਆ ਦਿਓ ਵੇ ਪੁੱਤ ਕੀ ਬਹੂ ਬਹੂ ਕਰਦਾ ਤੇਰੀ ਬਹੂ ਓਨਾ ਚਿਰ ਨਹੀਂ ਆਉਂਦੀ ਜਿੰਨਾ ਚਿਰ ਮੈਨੂੰ ਉਹ ਐਨਕਾਂ ਨਹੀਂ ਮਿਲਦੀਆਂ ਪਰ ਮੈਂ ਕੀ ਕਰਾਂ ਕਿਹਦੇ ਕੋਲੇ ਗੱਲ ਕਰਾਂ ਹਾਏ ਰੱਬਾ ਮੈਂ ਤਾਂ ਨਾ ਦੱਸਣ ਦੀ ਗੱਲ ਕਹੀ ਆਪਦੇ ਮੁੰਡੇ ਨੂੰ ਪਰ ਹੁਣ ਜਾਵਾਂ ਕਿੱਥੇ ਕਿਵੇਂ ਪਹੁੰਚਾਵਾਂ ਇਸ ਗੱਲ ਨੂੰ ਆਪਦੇ ਢਿੱਡ 'ਚ ਮੇਰੇ ਤਾਂ ਢਿੱਡ 'ਚ ਬਹੁਤ ਪੀੜ ਹੋਈ ਜਾਂਦੀ ਹੈ ਹਾਏ ਵੇ ਕੋਈ ਮੇਰੀ ਗੱਲ ਸੁਣ ਲਏ ਹਾਏ ਰੱਬਾ ਹਾਏ ਵੇ ਮਰ ਗਈ ਮੈਂ ਤਾਂ ਦਰਦ ਨਾਲ ਹੋ ਗਿਆ ਦਰਦ ਸ਼ੁਰੂ ਮੇਰੇ ਤਾਂ ਹਾਏ ਹਾਏ ਕੀ ਹੋ ਗਿਆ ਬੇਬੇ ਹੋ ਗਿਆ ਤਾਂ ਕੀ ਹੋ ਗਿਆ ਤੈਨੂੰ ਭਾਈ ਡਾਕਟਰ ਨੂੰ ਬੁਲਾਉਣ ਦੀ ਕੋਈ ਲੋੜ ਨੀ ਆ ਢਿੱਡ ਚ ਜਿਹੜਾ ਕਢਾ ਦੋ ਜਨਾਬ ਬੜੇ ਕੰਮ ਦੀ ਖਬਰ ਲਿਆਇਆ ਉਹ ਆਪਣਾ ਚੰਦਰਾ ਚਹਿਲ ਨੀ ਨਵਾਂ ਮੁਖਬਰ ਉਹਨੇ ਦੱਸਿਆ ਵੀ ਲੋਕ ਕਹਿੰਦੇ ਨੇ ਬੂਟਾ ਬਲੈਤ ਚੋਂ ਕੋਈ ਕਰਾਮਾਤੀ ਚਸ਼ਮਾ ਲਿਆ ਚਮਤਕਾਰੀ ਹਾਂ ਜਿਹੜਾ ਬੰਦਾ ਉਹ ਚਸ਼ਮਾ ਲਾ ਲੂ ਸਾਹਮਣੇ ਵਾਲੇ ਦੇ ਦਿਲ ਦੀ ਗੱਲ ਪਤਾ ਲੱਗ ਜਾਂਦੀ ਹੈ ਫਿਰ ਤੂੰ ਆਇਆ ਕਰ ਮੈਂ ਕਰਦਾ ਚਸ਼ਮੇ ਦੀ ਤਲਾਸ਼ ਨਾਲੇ ਮੈਂ ਕਰਕੀ ਲਾਉਣਾ 2 ਰੁਪਈਆਂ ਦੀ ਕਮਾਈ ਤੇ ਤੂੰ ਚੱਲ ਥਾਣੇ ਉਹ ਚਸ਼ਮੇ ਨਾਲ ਤਾਂ ਆਪਾਂ ਬੜਾ ਕੁਛ ਕਰ ਜਾਗਾ ਮੇਰੇ ਸਟਾਰ ਲੱਗ ਜਾਣਗੇ ਤੇਰੇ ਫੀਤੀਆਂ ਲੱਗ ਜਾਣਗੀਆਂ ਜਨਾਬ ਚੱਲ ਤੂੰ ਥਾਣੇ ਇਹ ਚਸ਼ਮਾ ਚਮਕਾ ਜੇ ਕਿਤੇ ਮੇਰੇ ਹੱਥ ਲੱਗ ਜੇ ਧਰਮਾਂ ਬਾਰੇ ਨਾਰੇ ਛੋਟੂ ਆਹ ਇਹ ਚਸ਼ਮਾ ਚੜਾ ਕੇ ਦੇ ਜੀ ਪੰਡਤਾ ਆਪਣੇ ਕਿਸੇ ਖਾਸ ਬੰਦੇ ਨੇ ਦੱਸਿਆ ਕਿ ਜਿਹੜਾ ਬੂਟੇ ਕੋਲ ਚਸ਼ਮਾ ਨਾ ਉਹ ਚਮਤਕਾਰੀ ਚਸ਼ਮਾ ਉਹ ਚਮਤਕਾਰੀ ਚਸ਼ਮਾ ਹੈ ਆਪਣੇ ਦੇਸ਼ ਦੀ ਪ੍ਰੋਪਰਟੀ ਤੇ ਆਪਾਂ ਹੁਣ ਦੇਸ਼ ਦੀ ਪ੍ਰੋਪਰਟੀ ਨੂੰ ਖਰੀਦਣ ਤੇ ਵੇਚਣ ਵਾਲੇ ਦਲਾਲ ਇਸ ਲਈ ਉਸ ਚਸ਼ਮੇ ਤੇ ਸਭ ਤੋਂ ਪਹਿਲਾਂ ਹੱਕ ਆਪਣਾ ਬਣਦਾ ਅਗਰ ਉਹ ਚਸ਼ਮਾ ਆਪਾਂ ਨੂੰ ਨਹੀਂ ਮਿਲਦਾ ਤਾਂ ਆਪਾਂ ਜ਼ਬਰਦਸਤੀ ਲਵਾਂਗੇ
ਜੁੱਤਾ ਕਿਥੋਂ ਹੀ ਉਹਦੇ ਐਨਕਾਂ ਲੈ ਕੇ ਆਇਆ ਜਿਹਨੂੰ ਲਾ ਕੇ ਨਾ ਦੂਸਰੇ ਦੇ ਦਿਲ ਦੀਆਂ ਗੱਲਾਂ ਪਤਾ ਲੱਗ ਜਾਂਦੀਆਂ ਓਏ ਕਿਤੇ ਤੂੰ ਨਾ ਲਾ ਲਈ ਉਹ ਐਨਕਾਂ ਨਾ ਮੈਂ ਚਾਹ ਨਾ ਲਾ ਓਏ ਓਏ ਤੈਨੂੰ ਅਸਲੀ ਅੱਧਾ ਪਤਾ ਲੱਗ ਜੂ ਉਹ ਕੀ ਕੀ ਤੇਰੇ ਘਰ ਵਾਲੀ ਮੇਰੇ ਬਾਰੇ ਵੱਧ ਸੋਚਦੀ ਰਹਿੰਦੀ ਹੈ ਹੈ ਖੱਡਾ ਟੋਲੀ ਓਏ ਐਨਕਾਂ ਦੇ ਨਾਲ ਤੁਹਾਡੀ ਦਿਲੋਂ ਮੈਲ ਗਈ ਐਨਕਾਂ ਦੀ ਗੱਲ ਪਿੰਡ ਵਿੱਚ ਫੈਲ ਗਈ ਐਨਕਾਂ ਲਈ ਹਰ ਬੰਦਾ ਹਿੰਟ ਪੈ ਗਿਆ ¡Gracias!
ਸ਼ਾਬਾਸ਼ ਹੈ ਤੁਹਾਡੇ ਦੇਸ਼ ਨੂੰ ਚਲਾਉਣ ਵਾਲੇ ਬੇਵਕੂਫੋ। ਮੜੀਆਂ ਮਸਾਣੀਆਂ ਦੇ ਪਖੰਡਾਂ ਤੋਂ ਤੁਹਾਡਾ ਜੀ ਨਹੀਂ ਭਰਿਆ ਜਿਹੜਾ ਚਸ਼ਮੇ ਨੂੰ ਕਰਾਮਾਤੀ ਦੱਸਣ ਲੱਗ ਪਏ ਹੋ। ਇਹ ਪਲਾਸਟਿਕ, ਇਹ ਸ਼ੀਸ਼ਾ, ਭਲਾ ਕਿਸੇ ਦੇ ਦਿਲ ਦੀ ਗੱਲ ਕਿਵੇਂ ਦੱਸ ਸਕਦੇ ਨੇ? ਇਹ ਬੇਜਾਨ ਚੀਜ਼ਾਂ ਨੇ ਬੇਵਕੂਫੋ। ਲੋਕੋ, ਮੂਰਖ ਨਾ ਬਣੋ। ਕਦੇ ਵੀ ਕੋਈ ਐਨਕ ਕਿਸੇ ਦਿਲ ਦੀ ਗੱਲ ਨਹੀਂ ਦੱਸ ਸਕਦੀ। ਇਸ ਬੂਟੇ ਨੂੰ ਮੈਂ ਕਿੰਨੇ ਸਾਲਾਂ ਤੋਂ ਜਾਣਦੀ ਹਾਂ। ਮੈਂ ਇਹਦੇ ਨਾਲ ਲੜਾਈ ਝਗੜਾ ਵੀ ਕਰਦੀ ਰਹੀ ਹਾਂ, ਪਰ ਮੈਨੂੰ ਪਤਾ ਸੀ ਕਿ ਇਹ ਦਿਲ ਦਾ ਮਾੜਾ ਨਹੀਂ, ਚੰਗੇ ਕੰਮ ਕਰਨ ਵਾਸਤੇ ਇਹਦੇ ਵਿੱਚ ਤੀਬਰ ਇੱਛਾ ਸੀ। ਇਹਨੇ ਦਿਲ ਨਹੀਂ ਛੱਡਿਆ, ਚਾਹੇ ਇਹਨੂੰ ਇਹਦੇ ਪਿੱਛੇ ਮਾਰ ਵੀ ਖਾਣੀ ਪਈ ਹੈ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਚੰਗੇ ਕੰਮ ਕਰਨ ਵਾਸਤੇ ਕਿਸੇ ਚਸ਼ਮੇ ਦੀ ਲੋੜ ਨਹੀਂ ਹੁੰਦੀ, ਸਗੋਂ ਤੀਬਰ ਇੱਛਾ ਦੀ ਲੋੜ ਹੁੰਦੀ ਹੈ। ਦੇਖੋ, ਜੇ ਚਸ਼ਮੇ ਦੀ ਤਰ੍ਹਾਂ ਤੁਸੀਂ ਵੀ ਚੰਗਾ ਸੋਚਦੇ ਰਹੋਗੇ ਤਾਂ ਤੁਹਾਨੂੰ ਵੀ ਚੰਗਾ ਸੁਣਦਾ ਰਹੂਗਾ। ਦੇਖ ਬੂਟਿਆ, ਮੈਨੂੰ ਤੇਰੇ ਦ੍ਰਿੜ ਨਿਸ਼ਚੇ ਨੇ ਜਿੱਤ ਲਿਆ ਏ। ਮੈਂ ਤੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ। ਆਹ ਤਾਂ ਸੋਹਣੀਆਂ ਗੱਲ ਸਿਰੇ ਲਾਤੀ। ਓ ਭਾਈ, ਸਾਡਾ ਕੀ ਬਣੂ? ਕੋਈ ਗੱਲ ਨੀ, ਤੁਸੀਂ ਵੀ ਚੰਗੇ ਕੰਮ ਕਰਦੇ ਰਹੋ, ਰੱਬ ਤੁਹਾਡਾ ਵੀ ਕਿਤੇ ਨਾ ਕਿਤੇ ਤੋਪਾ ਭਰ ਦੂ। ਆ ਚੱਲੀਏ। ਲੈ ਵੀ ਤੋਤੀ, ਆਪਾਂ ਵੀ ਬਾਈ ਮੰਮੀ ਚੰਗੇ ਕੰਮ ਕਰੀਏ, ਸ਼ਾਇਦ ਆਪਣਾ ਵੀ ਨਲਕਾ ਪਾਣੀ ਚੱਕ ਲੇ। ਓ ਹੁਣ ਨੀ ਮੈਂ ਗੁੜ ਖਾ ਕੇ ਮਾਰਦਾ, ਹੁਣ ਤਾਂ ਮੈਂ ਚੰਗੇ ਕੰਮ ਕਰੂ। ਚੱਲੀਏ। ਮੂੰਹ ਨਾ ਮੱਥਾ ਜਿਵੇਂ ਚਿੰਨ ਬਹਾੜੋਂ ਰੱਥਾ ਹੈ, ਆਏ ਆ ਜਿਵੇਂ ਬੂਥਾ, ਜਿਵੇਂ ਕਿਸੇ ਨੇ ਕਾਰਨਾਮਾ ਕਰੀਏ ਤਾਂ ਕਿਹੜਾ ਕਰੀਏ? ਕਿਹੜਾ ਕਾਰਨਾਮਾ ਕਰਾ? ਕਿਤੇ ਕੱਢ ਕੇ ਤਾਂ ਦੇ ਦੇ। ਰੋਲਿੰਗ ਕਿਹਾ ਸੀ ਉਹਨੇ, ਐਕਸ਼ਨ ਤਾਂ ਕਿਹਾ, ਐਕਸ਼ਨ ਬੋਲਿਆ ਉਹਨੇ। ਹਾਂ ਐਕਸ਼ਨ। ਅਸਲ ਦਾ ਚਤਰਾ ਲੱਗ